stepping stones punjabi reader 78 2020 اديਸ਼ਨ ਲੈਸਨ 7 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਬਾਬਾ ਫਰੀਦ ਜੀ ਦੀ ਦੇਣ ਦਾ ਪਾਠ ਪੜ੍ਹਾਂਗੇ ਇਹ ਲੇਖ ਡਾਕਟਰ ਤ੍ਰਿਪਤਕ ਕੋਰ ਜੀ ਨੇ ਲਿਖਿਆ ਹੋਇਆ ਹੈ ਇਸ ਪਾਠ ਵਿੱਚ ਆਓ ਕਿ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਜੀਵਨ ਜਾਂਚ ਵੇ ਆਫ ਲਾਈਫ ਜਾਂਚ ਸਿਖਾਈ ਟਾਟ ਦਾ ਵੇ ਚਾਦਰ ਚੜਾਉਣਾ Offer a green sheet at the tomb. Manata mangde. Make promises for fulfillment of one's desires. Vairag, pang of separation. Pain of separation. Sadde atesoke. Easy and simple. Icha is a desire. Mazar is a tomb. Okay? I'll read the essay, then you will read yourself later on. ਫਰੀਦ ਜੀ ਦੀਆਂ ਦੇਣਾ ਫਰੀਦ ਜੀ ਦੀ ਪੰਜਾਬੀ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ ਉਹਨਾਂ ਦੀ ਬਾਣੀ ਸਭ ਤੋਂ ਪੁਰਾਣੀ ਬਾਣੀ ਹੈ ਜੋ ਕਿ ਪੰਜਾਬੀ ਬੋਲੀ ਬੋਲਦੀ ਹੈ ਉਹ ਪੰਜਾਬ ਵਿੱਚ ਜੰਮੇ ਪਲੇ ਸਨ ਪੰਜਾਬੀ ਉਹਨਾਂ ਦੀ ਮਾਂ ਬੋਲੀ ਸੀ ਉਹਨਾਂ ਨੇ ਲੋਕਾਂ ਨੂੰ ਲੋਕਾਂ ਦੀ ਬੋਲੀ ਵਿੱਚ ਹੀ ਬੜੇ ਸਾਦੇ ਤੇ ਸੌਕੇ ਢੰਗ ਨਾਲ ਜੀਵਨ ਜਾਚ ਅਤੇ ਰੱਬ ਦਾ ਪਿਆਰ ਰੱਬ ਦੇ ਪਿਆਰ ਦਾ ਸਨੇਹਾ ਦਿੱਤਾ ਫਰੀਦ ਜੀ ਦੇ 112 ਸ਼ਲੋਕ ਅਤੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਬਾਬਾ ਫਰੀਦ ਜੀ ਦੀ ਬਾਣੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਨਾਲ ਮੇਲ ਖਾਂਦੀ ਹੈ ਇਸ ਲਈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਇਹ ਬਾਣੀ ਸਿੱਖਾਂ ਨੂੰ ਰੱਬ ਦੇ ਪਿਆਰ ਦਾ ਰਾਹ ਦੱਸਦੀ ਹੈ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਚੰਗੀਆਂ ਗੱਲਾਂ ਦਸੀਆਂ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਬਾਬਾ ਫਰੀਦ ਜੀ ਨੂੰ ਵੀ ਮੱਥਾ ਟੇਕਦੇ ਹਾਂ ਉਹਨਾਂ ਦੀ ਬਾਣੀ ਵਿੱਚ ਵੈਰਾਗ ਹੈ ਰੱਬ ਨੂੰ ਮਿਲਣ ਦੀ ਇੱਛਾ ਹੈ ਉਹ ਇਸ ਦੁਨੀਆ ਨੂੰ ਝੂਠਾ ਦੱਸਦੇ ਹਨ ਉਹ ਇਹ ਵੀ ਦੱਸਦੇ ਹਨ ਕਿ ਸਾਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ ਆਪਣੀ ਬਾਣੀ ਵਿੱਚ ਉਹਨਾਂ ਨੇ ਚੰਗਾ ਜੀਵਨ ਜਾਨ ਦੀ ਜੀਣ ਦੀ ਜਾਚ ਸਿਖਾਈ ਉਹਨਾਂ ਦੇ ਸਾਦੇ ਸ਼ਬਦਾਂ ਵਿੱਚ ਆਖੇ ਵਿਚਾਰ ਲੋਕਾਂ ਦੀ ਸਮਝ ਵਿੱਚ ਆ ਜਾਂਦੇ ਫਰੀਦ ਜੀ 1266 ਵਿੱਚ 93 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਇਟ ਸ਼ੁਡ ਸੇ ਵਿੱਚ ਹੇਰ ਫਰੀਦ ਜੀ ਨੂੰ ਦੋ ਤਰ੍ਹਾਂ ਦੇ ਲੋਕ ਮੰਨਦੇ ਸਨ ਇੱਕ ਤਰ੍ਹਾਂ ਦੇ ਲੋਕ ਸਿੱਖ ਹਨ ਸਿੱਖ ਬਾਬਾ ਫਰੀਦ ਦੀ ਬਾਣੀ ਪੜ੍ਹਦੇ ਹਨ ਅਤੇ ਉਹਨਾਂ ਦੀ ਬਾਣੀ ਤੋਂ ਜੀਵਨ ਜਾਚ ਸਿੱਖਦੇ ਹਨ ਦੂਸਰੀ ਤਰ੍ਹਾਂ ਦੇ ਲੋਕ ਮੁਸਲਮਾਨ ਹਨ ਉਹ ਲੋਕ ਉਹਨਾਂ ਲੋਕਾਂ ਨੂੰ ਫਰੀਦੇ ਜਾਂ ਫਰੀਦੀ ਕਿਹਾ ਜਾਂਦਾ ਹੈ ਉਹ ਬਾਬਾ ਫਰੀਦ ਨੂੰ ਆਪਣਾ ਗੁਰੂ ਮੰਨਦੇ ਹਨ ਮੁਸਲਮਾਨ ਬਾਬਾ ਫਰੀਦ ਦੀ ਮਜ਼ਾਰ ਤੇ ਜਾ ਕੇ ਮੰਨਤਾ ਮੰਗਦੇ ਹਨ ਹਰੀ ਚਾਦਰ ਚੜਾਉਂਦੇ ਹਨ ਜਿਸ ਤਰ੍ਹਾਂ ਸਿੱਖ ਰੁਮਾਲਾ ਚੜਾਉਂਦੇ ਹਨ ਉਸੇ ਤਰ੍ਹਾਂ ਹੀ ਮੁਸਲਮਾਨ ਚਾਦਰ ਚੜਾਉਂਦੇ ਹਨ ਪੰਜਾਬ ਵਿੱਚ ਇੱਕ ਸ਼ਹਿਰ ਦਾ ਨਾਂ ਫਰੀਦਕੋਟ ਹੈ ਫਰੀਦ ਜੀ ਨੇ ਇੱਥੇ 40 ਦਿਨ ਚਿੱਲਾ ਕਟਿਆ ਇਥੋਂ ਦੇ ਨਵਾਬ ਦੇ ਮਨ ਵਿੱਚ ਬਾਬਾ ਫਰੀਦ ਲਈ ਬਹੁਤ ਪਿਆਰ ਅਤੇ ਸ਼ਰਧਾ ਸੀ ਉਸ ਨੇ ਸ਼ਹਿਰ ਦਾ ਨਾਂ ਟਿੱਲਾ ਬਾਬਾ ਫਰੀਦ ਰੱਖ ਦਿੱਤਾ ਫਿਰ ਜਦ ਇਹ ਸ਼ਹਿਰ ਵੱਡਾ ਹੋਇਆ ਤਾਂ ਇਸ ਦਾ ਨਾਂ ਫਰੀਦਕੋਟ ਪੈ ਗਿਆ ਫਰੀਦਕੋਟ ਵਿੱਚ ਹਰ ਸਾਲ ਫਰੀਦ ਜੀ ਦੀ ਯਾਦ ਵਿੱਚ ਵੱਡਾ ਮੇਲਾ ਲੱਗਦਾ ਹੈ ਇੱਥੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਵੀ ਬਣਾਈ ਗਈ ਹੈ ਇਸ ਲੇਖ ਦੇ ਵਿੱਚ 에ਸੇ ਦੇ ਵਿੱਚ 394 ਸ਼ਬਦ ਨੇ ਜੇ ਤੁਸੀਂ 70 ਸ਼ਬਦ 80 ਸ਼ਬਦ ਪਰ ਮਿੰਟ ਪੜ ਸਕਦੇ ਹੋ ਤੁਹਾਨੂੰ ਇਹ ਸਿਰਫ 5 ਮਿੰਟ ਲੱਗਣੇ ਚਾਹੀਦੇ ਨੇ ਪੜਦੇ ਠੀਕ ਸੋ ਤੁਸੀਂ ਟਾਈਮ ਲਗਾ ਕੇ ਪੜ ਕੇ ਦੇਖਣਾ ਕੁਐਸਚਨ ਸੋਮਵਾਰ ਕਰਦਾ ਕੰਮ ਤੁਸੀਂ ਜੇ ਟਾਈਮ ਮਿਲੇ ਤੇ ਕਲਾਸ ਵਿੱਚ ਵੀ ਕਰ ਸਕਦੇ ਹੋ ਠੀਕ ਹੈ ਇੱਕ ਕੰਮ ਹੈ ਹੋਰ ਦੱਸਾਂਗੀ ਤੁਸੀਂ ਕਰਨਾ ਕਿ ਜਿਹੜੇ ਤੁਹਾਡੇ ਕੋਲ ਐਬੋਕਬਲਰੀ ਸ਼ਬਦ ਨੇ ਇਹ ਵਾਲੇ ਤੁਸੀਂ ਇਹਨਾਂ ਨੂੰ ਲੱਭ ਕੇ ਇਹਦੇ ਵਿੱਚ ਸਰਕਲ ਕਰਨਾ ਠੀਕ ਹੈ ਇਹਦੇ ਨਾਲ ਤੁਹਾਨੂੰ ਦੁਬਾਰਾ ਰੀਡਿੰਗ ਦੁਬਾਰਾ ਰੀਡਿੰਗ ਕਰਨੀ ਪਈ ਕਿ ਤੇ ਇਹ ਸ਼ਬਦਾਂ ਦੀ ਸਮਝ ਵੀ ਆਏਗੀ ਬਾਬਾ ਫਰੀਦ ਜੀ ਦੀਆਂ ਕੋਈ ਦੋ ਸਿੱਖਿਆਵਾਂ ਦੱਸੋ ਸੋ ਬਾਬਾ ਫਰੀਦ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਸੀ ਤੁਸੀਂ ਪਿੱਛੋਂ ਪੜ੍ਹ ਕੇ ਆਨਸਰ ਦਿਓਗੇ ਇੱਥੇ ਹੋਏ ਗੱਲ ਲਿਖਿਆ ਠੀਕ ਹੈ ਉਹਨਾਂ ਨੇ ਸਾਨੂੰ ਚੰਗੀਆਂ ਗੱਲਾਂ ਦੱਸੀਆਂ ਕਿਹੜੀਆਂ ਚੰਗੀਆਂ ਗੱਲਾਂ ਦੱਸੀਆਂ ਉਹਨਾਂ ਨੇ ਦੱਸਿਆ ਕਿ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਉਹਨਾਂ ਨੇ ਦੁਨੀਆ ਨੂੰ ਝੂਠਾ ਦੱਸਿਆ ਉਹਨਾਂ ਨੇ ਚੰਗਾ ਜੀਵਨ ਜਾਨ ਜੀਣ ਦੀ ਜਾਚ ਸਿਖਾਈ ਠੀਕ ਹੈ ਸੋ ਇਹ ਗੱਲਾਂ ਤੁਸੀਂ ਉੱਥੇ ਲਿਖ ਸਕਦੇ ਹੋ ਬਾਬਾ ਫਰੀਦ ਜੀ ਦੀ ਬਾਣੀ ਬਾਰੇ ਕੋਈ ਤਿੰਨ ਸਚਾਈਆਂ ਲਿਖੋ ਸੋ ਕੀ ਸਚਾਈਆਂ ਨੇ ਬਾਬਾ ਫਰੀਦ ਦੀ ਬਾਣੀ ਬਾਰੇ ਸਿੱਖੀ ਜਾਣਦੀ ਆ ਕਿ ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਦ ਹੈ ਬਾਬਾ ਫਰੀਦ ਜੀ ਨੇ 112 ਸ਼ਲੋਕ ਲਿਖੇ ਬਾਬਾ ਫਰੀਦ ਜੀ ਨੇ ਚਾਰ ਸ਼ਬਦ ਲਿਖੇ ਠੀਕ ਹੈ ਤੇ ਉਹ ਉਹਨਾਂ ਦੀ ਬਾਣੀ ਤੇ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਸੋ ਉਹ ਹੈਗੀ ਤੁਸੀਂ ਦੱਸ ਸਕਦੇ ਹੋ ਉੱਤੇ ਨੰਬਰ 10 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਕਿੰਨੀ ਬਾਣੀ ਦਰਜ ਹੈ ਅਸੀਂ ਹੁਣੇ ਪੜਿਆ ਤੁਸੀਂ ਇੱਥੇ ਲਿਖ ਸਕਦੇ ਹੋ ਪੂਰਾ ਵਾਕ ਲਿਖਣਾ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਜੀ ਦੀ ਬਾਣੀ ਕਿਉਂ ਦਰਜ ਕੀਤੀ ਗਈ ਇੱਥੇ ਅਸੀਂ ਪਿੱਛੇ ਪੜਿਆ ਸੀ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਸਾਹਿਬਾਂ ਦੇ ਬਾਣੀ ਦੇ ਨਾਲ ਮੇਲ ਖਾਂਦੀ ਸੀ ਠੀਕ ਹੈ ਤਾਂ ਇਸ ਕਰਕੇ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਠੀਕ ਹੈ ਇਹ ਆਨਸਰ ਲਿਖਿਆ ਹੋਇਆ ਬਾਬਾ ਫਰੀਦ ਜੀ ਦੀ ਬਾਣੀ ਪੜ੍ਹ ਕੇ ਅਸੀਂ ਕੀ ਸਿੱਖ ਸਕਦੇ ਹਾਂ ਸੋ ਅਸੀਂ ਕਾਫੀ ਪੈਸੇਜਸ ਹੋਣੇ ਪੜੇ ਨੇ ਪਿੱਛੇ ਤੁਸੀਂ ਉਹ ਲਿਖ ਸਕਦੇ ਹੋ ਕਿ ਅਸੀਂ ਰੱਬ ਨੂੰ ਪਿਆਰ ਕਰਨਾ ਸਿੱਖ ਸਕਦੇ ਹਾਂ ਅਸੀਂ ਸੱਚ ਬੋਲਣਾ ਸਿੱਖ ਸਕਦੇ ਹਾਂ ਰਾਈਟ ਫਰੀਦ ਕੋਟ ਦਾ ਪਹਿਲਾ ਨਾਂ ਕੀ ਸੀ ਫਰੀਦ ਕੋਟ ਦਾ ਪਹਿਲਾ ਨਾਂ ਟਿੱਲਾ ਬਾਬਾ ਫਰੀਦ ਸੀ ਠੀਕ ਹੈ ਫਰੀਦੀ ਅਤੇ ਸਿੱਖ ਕਿਵੇਂ ਇੱਕੋ ਜਿਹੇ ਹਨ ਉਹ ਦੋਵੇਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਮੰਨਦੇ ਹਨ ਇਸ ਲਈ ਉਹ ਇੱਕੋ ਜਿਹੇ ਹਨ ਫਰੀਦੀ ਅਤੇ ਸਿੱਖ ਕਿਵੇਂ ਬਕਰੇ ਹਨ ਅਫੀਦ ਦੀ ਮੁਸਲਮਾਨ ਹਨ ਤੇ ਸਿੱਖ ਸਿੱਖ ਹਨ ਰਾਈਟ ਫਰੀਦ ਦੀ ਹਰੀ ਚਾਦਰ ਚੜਾਉਂਦੇ ਹਨ ਸਿੱਖ ਰਮਾਲੇ ਚੜਾਉਂਦੇ ਹਨ ਸੋ ਤੁਸੀਂ ਹੋਰ ਵੀ ਇੱਕ ਦੋ ਫਰਕ ਲਿਖ ਸਕਦੇ ਹੋ ਮੰਗਲਵਾਰ ਕਰਦਾ ਕੰਮ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਠੀਕ ਵਾਕ ਲਾਈਨਾਂ ਤੇ ਲਿਖੋ ਦੀ ਮੀ ਫਰੀਦ ਜੀ ਦੀ ਪੰਜਾਬੀ ਨੂੰ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ ਸੋ ਯੂ ਰਾਈਟ ਦਾ ਹੋਲ ਸੈਂਟੈਂਸ ਹਿਅਰ ਬਾਬਾ ਫਰੀਦ ਜੀ ਦੀ ਬਾਣੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਨਾਲ ਮਿਲਖੰਦੀ ਹੈ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਅਸੀਂ ਬਾਬਾ ਫਰੀਦ ਜੀ ਨੂੰ ਵੀ ਮੱਥਾ ਟੇਕਦੇ ਹਾਂ ਕਾਕੀ ਜੀ ਫਰੀਦ ਜੀ ਨੂੰ ਧਰਮ ਦੀ ਮਾਲਾ ਦਾ ਸਭ ਤੋਂ ਮਹੱਤਵਪੂਰਨ ਮਲਕਾ ਅਖਦਸਨ ਇਹ ਪਿਛਲੇ ਲਾਸਨ ਜੋ ਹੈਗਾ ਸਾਡਾ ਠੀਕ ਹੈ ਸੋ ਇੱਥੇ ਤੁਸੀਂ ਲਿਖੋਗੇ ਬੁੱਧਵਾਰ ਕਰਦਾ ਕੰਮ ਟਾਈਮਰ ਸ਼ੁਰੂ ਕਰੋ ਇਹ ਲੇਖ ਪੜੋ ਕਿੰਨੇ ਮਿੰਟ ਲੱਗੇ ਜਿੱਤ ਸਿੱਧ ਦੁਬਾਰਾ ਦੁਬਾਰਾ ਪੰਜਾਬੀ پڑھਦੇ ਹੋ ਤੁਹਾਡੀ ਰਵਾਨਗੀ ਵੱਜੇਗੀ ਤੁਹਾਨੂੰ ਸਮਝ ਜ਼ਿਆਦਾ ਆਏਗੀ ਠੀਕ ਹੈ ਸੋ ਏ ਸੀ ਸਾਡਾ ਅੱਜ ਦਾ ਲੈਸਨ ਸੋ ਆਈ ਹੋਪ ਯੂ ਵਿਲ ਵਰਕ ਔਨ ਇਟ ਐਂਡ ਯੂ ਵਿਲ ਮਾਸਟਰ ਯਰ ਪੰਜਾਬੀ ਇਵਨ ਮੋਰ ਥੈਂਕ ਯੂ ਫਾਰ ਵਰਕਿੰਗ ਵਿਦ ਮੀ ਅੰਟਿਲ ਵੀ ਮੀਟ ਨੈਕਸਟ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ